ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਕਿੱਦਾਂ ਠੀਕ ਠਾਕ ਹੋ ਸਾਰੇ ਜਣੇ ਤੇ ਆਪਾਂ ਵੀ ਵਧੀਆ ਵਾਂ ਦੋਵੇਂ ਜਣੇ ਅਸੀਂ ਗਏ ਹਾਂ ਸਵੇਰ ਦੇ ਦਰਬਾਰ ਸਾਹਿਬ ਪਹਿਲਾਂ ਦੇ ਦੁਪਹਿਰਾਂ ਨੂੰ ਗਏ ਹਾਂ ਉਹ ਤੋਂ ਬਾਅਦ ਥੋੜ੍ਹਾ ਬਹੁਤਾ ਘੁੰਮ ਕੇ ਅਤੇ ਹੁਣ ਆਏ ਹਾਂ ਘਰ ਪਹਿਲਾਂ ਤਾਂ ਸਾਡਾ ਇਰਾਦਾ ਸੀਗਾ ਵੀ ਅਸੀਂ ਰਸਤੇ 'ਚ ਹੀ ਵਲੋਗ ਬਣਾਈਏ ਪਰ ਅਸਲ 'ਚ ਵਲੋਗ ਬਣਾਉਂਦੀ ਸਾਨੂੰ ਇੰਨੀ ਜ਼ਿਆਦਾ ਪ੍ਰੈਕਟਿਸ ਨਹੀਂ ਹੈਗੀ ਅਤੇ ਆਦਤ ਵੀ ਨਹੀਂ ਹੈਗੀ ਅਤੇ ਇਸ ਕਰਕੇ ਰਾਹ 'ਚ ਅਸੀਂ ਪਤਾ ਨਹੀਂ ਕਿੰਨੇ ਕੁ ਤੇਗ ਲਏ ਆ ਅਤੇ ਚਲੋ ਫਾਈਨਲੀ ਮੈਂ ਸੋਚਿਆ ਕਿ ਚਲੋ ਘਰ ਜਾ ਕੇ ਗੱਲਾਂ ਬਾਤਾਂ ਕਰਾਂਗੇ ਜਿਹੜੀਆਂ ਕਰਨੀਆਂ ਸਾਰੇ ਜਣੇ ਕਹਿਣ ਡੇ ਸੀਗੇ ਵੀ ਵਲੋਗ ਜ਼ਰੂਰ ਪਾਇਆ ਕਰੋ ਅਤੇ ਮੈਂ ਸੋਚਿਆ ਕਿ ਚਲੋ ਟਰਾਈ ਕਰਦੇ ਹਾਂ ਆਪਾਂ ਵੀ ਅਤੇ ਅਗਰ ਤੁਹਾਨੂੰ ਵਧੀਆ ਲੱਗੇਗਾ ਤਾਂ ਠੀਕ ਆ ਅਤੇ ਪਹਿਲਾਂ ਤਾਂ ਅਸੀਂ ਪੁੱਛਾਂਗੇ ਮੈਡਮ ਹੋਣਾਂ ਨੂੰ ਵੀ ਯੂਟਿਊਬ 'ਤੇ ਆ ਕੇ ਕਿੱਦਾਂ ਦਾ ਇਹਨਾਂ ਨੂੰ ਲੱਗਾ ਵਾ ਅਤੇ ਉਹ ਦੱਸੋ ਪਹਿਲਾਂ ਤਾਂ ਯੂਟਿਊਬ 'ਤੇ ਆ ਕੇ ਵਧੀਆ ਹੀ ਲੱਗਿਆ ਆ ਬਹੁਤ ਵਧੀਆ ਕਿਉਂਕਿ ਪਹਿਲਾਂ ਇੱਕ ਇੱਦਾਂ ਦਾ ਟਾਈਮ ਸੀ ਜਦੋਂ ਮਤਲਬ ਸਾਰੇ ਨਹੀਂ ਜਾਣਦੇ ਅਤੇ ਹੁਣ ਇੱਕ ਇੱਦਾਂ ਦਾ ਟਾਈਮ ਆ ਜਦੋਂ ਸਾਰੇ ਜਾਣਦੇ ਆ ਫਿਰ ਬੰਦੇ ਦਾ ਐਕਸਪੀਰੀਅੰਸ ਤਾਂ ਨਵਾਂ ਹੁੰਦਾ ਹੀ ਆ ਹਾਂ ਬਿਲਕੁਲ ਅਤੇ ਬਾਕੀ ਹੁਣ ਅਸੀਂ ਇਕੱਠੇ ਹੀ ਕੰਮ ਕਰਾਂਗੇ ਦੋਵੇਂ ਜਣੇ ਸੇਮ ਸਕਰੀਨ 'ਤੇ ਇਕੱਠੇ ਆਇਆ ਕਰਾਂਗੇ ਪਹਿਲਾਂ ਮੈਂ ਰਹਿ ਜਾਂਦਾ ਹੁੰਦਾ ਸੀਗਾ ਹਰ ਵਾਰੀ ਇੱਕ ਵਾਰ ਹੀ ਅਤੇ ਹੁਣ ਚਲੋ ਇਹ ਹੈ ਵੀ ਜਦੋਂ ਕਿਤੇ ਮੇਰੇ ਵਿਆਹ ਦੀ ਗੱਲ ਹੋਵੇ ਫਿਰ ਮੈਡਮ ਨੂੰ ਲਿਆਇਆ ਕਰਾਂਗੇ ਨਾਲ ਅਤੇ ਨਵੀਂ ਸੀਰੀਜ਼ ਦੇ ਵਿੱਚ ਤਾਂ ਅਸੀਂ ਆਉਣਾ ਹੀ ਹਾਂ ਦੋਨਾਂ ਇਕੱਠਿਆਂ ਨੇ ਅਤੇ ਜਿੱਥੇ ਮਣਕ ਰੱਖਦਾ ਵਿੱਚ ਹੈ ਨਾ ਜਿੱਥੇ ਮਣਕ ਰੱਖਦਾ ਅਤੇ ਰੱਬ ਦੀ ਮਾਰ ਦੋਨਾਂ ਵਿੱਚ ਹੀ ਅਸੀਂ ਹੁਣ ਇਕੱਠੇ ਕੰਮ ਕਰਾਂਗੇ ਜਦੋਂ ਵੀ ਗਾਂ ਜਾ ਕੇ ਵਿਆਹ ਹੋਏਗਾ ਅਤੇ ਦੂਜੀ ਗੱਲ ਇਹ ਕਿ ਹੋਰ ਕਿਹੜੀ ਗੱਲ ਕਰਨੀ ਸੀ ਇੱਕ ਲਵਲੀ ਬਾਰੇ ਲਵਲੀ ਬਾਰੇ ਇਹ ਗੱਲ ਕਰਨੀ ਸੀ ਵੀ ਸਟੋਰੀ ਜਿਹੜੀ ਹੁੰਦੀ ਆ ਨਾ ਕੋਈ ਵੀ ਮੈਂ ਦਿਲੋਂ ਇਹ ਗੱਲ ਕਹਿਣਾ ਮੈਂ ਕੋਈ ਇਹ ਨਹੀਂ ਕਹਿਣਾ ਕਿਉਂਕਿ ਸਾਨੂੰ ਮੈਂ ਇਹ ਚੀਜ਼ ਬੜੀ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਤੁਸੀਂ ਮਤਲਬ ਸਾਰੇ ਭੈਣ ਭਰਾ ਕੀ ਦੇਖਣਾ ਪਸੰਦ ਕਰਦੇ ਆ ਕੀ ਨਹੀਂ ਹੈ ਨਾ ਮੈਂ ਚੀਜ਼ ਬੜੀ ਚੰਗੀ ਤਰ੍ਹਾਂ ਸਮਝਦਾ ਮੈਂ ਹਰ ਇੱਕ ਕਮੈਂਟ ਪੜ੍ਹਦਾ ਹਾਂ ਬਟ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਆ ਕਿਉਂਕਿ ਸਾਰੇ ਜਣੇ ਕਹਿਣ ਡੇ ਸੀ ਵੀ ਲਵਲੀ ਨੂੰ ਕਿਉਂਕਿ ਆਮ ਜੀ ਗੱਲ ਆ ਕੋਈ ਵੀ ਸਟੋਰੀ ਤੁਸੀਂ ਜਦੋਂ ਦੇਖਦੇ ਹੋ ਅਤੇ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਜਾਂ ਥੋੜ੍ਹਾ ਬਹੁਤਾ ਅੰਦਾਜ਼ਾ ਤਾਂ ਹੋ ਹੀ ਜਾਂਦਾ ਵਾ ਕਿ ਅੱਗੇ ਸਟੋਰੀ ਕਿੱਦਾਂ ਜਾਣੀ ਹੈ ਨਾ ਅਤੇ ਸਾਰਿਆਂ ਨੂੰ ਪਤਾ ਆ ਕਿ ਲਵਲੀ ਨਾਲ ਕੀ ਹੋਣਾ ਆ ਹੈ ਨਾ ਸੋ ਇੱਥੇ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਆ ਕਿ ਜੋ ਵੀ ਹੋਵੇਗਾ ਜਿੱਦਾਂ ਜਿੱਦਾਂ ਵੀ ਸਟੋਰੀ ਚੱਲੇਗੀ ਸਾਨੂੰ ਥੋੜ੍ਹਾ ਜਿਹਾ ਟਾਈਮ ਦਿਓ ਜ਼ਰੂਰ ਕਿ ਇਹ ਨਾ ਹੋਵੇ ਕਿ ਲਵਲੀ ਨਾਲ ਕੁਛ ਹੋਵੇ ਜਾਂ ਲਵਲੀ ਨੂੰ ਕੁਛ ਨਾ ਹੋਵੇ ਸੋ ਤੁਸੀਂ ਸਟੋਰੀ ਦੇਖਣੀ ਛੱਡ ਦਿਓ ਥੋੜ੍ਹਾ ਜਿਹਾ ਟਾਈਮ ਦਿਓ ਸਟੋਰੀ ਅਸੀਂ ਜਿੱਦਾਂ ਦੀ ਬਣਾਉਣੀ ਚਾਹੁੰਦੇ ਹਾਂ ਉਦਾਂ ਦੀ ਸਾਨੂੰ ਬਣਾਉਣ ਦਿਓ ਇਹ ਜੋ ਵੀ ਹੋਣਾ ਆ ਸਟੋਰੀ ਦੇ ਵਿੱਚ ਜਿਹੜਾ ਕਰੈਕਟਰ ਜਿੱਥੇ ਜਿੱਥੇ ਵੀ ਰਹਿਣਾ ਵਾ ਉਹ ਸਟੋਰੀ ਦੀ ਮੰਗ ਆ ਠੀਕ ਆ ਜੀ ਸੋ ਅਸੀਂ ਅਗਰ ਕਿਤੋਂ ਹੈ ਨਾ ਸਟੋਰੀ ਲੈਂਦੇ ਹਾਂ ਉਹਨੂੰ ਆਪਣੇ ਹਿਸਾਬ ਨਾਲ ਮਤਲਬ ਕਿ ਬਦਲ ਨਹੀਂ ਸਕਦੇ ਇੱਦਾਂ ਜਿੱਦਾਂ ਜਿੱਦਾਂ ਵੀ ਉਹ ਸਟੋਰੀ ਵਿੱਚ ਹੋਇਆ ਆ ਅਸੀਂ ਇਹ ਚੀਜ਼ ਚਾਹੁੰਦੇ ਹਾਂ ਕਿ ਉਦਾਂ ਦਿਖਾਈਏ ਅਤੇ ਜਿੱਦਾਂ ਜਿੱਦਾਂ ਅਸੀਂ ਦਿਖਾ ਰਹੇ ਹਾਂ ਹੈ ਨਾ ਇਹ ਸਟੋਰੀ ਉੱਦਾਂ ਹੀ ਆ ਸੇਮ ਉੱਦਾਂ ਹੀ ਬਣੀ ਆ ਕਿਉਂਕਿ ਕਈ ਵਾਰੀ ਕਈ ਚੀਜ਼ਾਂ ਅਸੀਂ ਚਾਹੁੰਦੇ ਹਾਂ ਹੈ ਨਾ ਕਿ ਫਲਾਣੇ ਬੰਦੇ ਨੇ ਇੱਦਾਂ ਨਾ ਹੋਵੇ ਬਟ ਫਿਰ ਅਸੀਂ ਇਹ ਚੀਜ਼ ਕਿੱਦਾਂ ਵੇਖਾਂਗੇ ਕਿ ਉਹਦੇ ਨਾਲ ਅਸਲ 'ਚ ਹੋਇਆ ਕਿੱਦਾਂ ਸੀ ਹੈ ਨਾ ਫਿਰ ਇਹ ਚੀਜ਼ ਕਿੱਦਾਂ ਪਤਾ ਲੱਗੇਗੀ ਕਿ ਉਹਨੇ ਅਸਲ 'ਚ ਕਿੱਦਾਂ ਇਹ ਚੀਜ਼ਾਂ ਹੰਡਾਈਆਂ ਆਪਣੇ ਉੱਤੇ ਹੈ ਨਾ ਹੈ ਨਾ ਫਿਰ ਉਹ ਤਾਂ ਫਿਰ ਅਸੀਂ ਆਪਣੇ ਹਿਸਾਬ ਨਾਲ ਹੀ ਹੈ ਨਾ ਸੋਚਦੇ ਗਏ ਉਹਨੂੰ ਸੋ ਥੋੜ੍ਹਾ ਜਿਹਾ ਸਾਨੂੰ ਟਾਈਮ ਜ਼ਰੂਰ ਦਿਓ ਅਤੇ ਸਾਨੂੰ ਬਣਾਉਣ ਦਿਓ ਪਹਿਲਾਂ ਆਪਣੇ ਹਿਸਾਬ ਨਾਲ ਫਿਰ ਤੁਸੀਂ ਜ਼ਰੂਰ ਦੱਸਿਓ ਸਾਰੇ ਜਣੇ ਕਿ ਕਿੱਦਾਂ ਦੀ ਲੱਗੀ ਤੁਹਾਨੂੰ ਲਵਲੀ ਵੀਰ ਕਿਉਂਕਿ ਮੇਰੇ ਨਾਲ ਤਾਂ ਸ਼ੁਰੂ ਤੋਂ ਹੀ ਮੇਰਾ ਬਿਲਕੁਲ ਜੀ ਨਹੀਂ ਕਰਦਾ ਕਿ ਇਹੋ ਜਿਹਾ ਕੋਈ ਵੀ ਰੋਲ ਆਵੇ ਕਿਉਂ ਮੈਨੂੰ ਵੀ ਕਮੈਂਟ ਇੱਕ ਆਇਆ ਸੀਗਾ ਕਿ ਤੁਸੀਂ ਮਨਜਿੰਦਰ ਭਾਅ ਜੀ ਅਤੇ ਲਵਲੀ ਕੋਲੋਂ ਇਹੋ ਜਿਹੇ ਰੋਲ ਕਰਾਉਂਦੇ ਜੇ ਅਤੇ ਆਪ ਨਹੀਂ ਕਰਦੇ ਬਟ ਜਿੱਥੇ ਲੋੜ ਹੁੰਦੀ ਆ ਉੱਥੇ ਮੈਂ ਆਪ ਵੀ ਕਰਦਾ ਹਾਂ ਮੈਂ ਆਪ ਵੀ ਇੱਕ ਦੋ ਵਾਰੀ ਕੀਤੇ ਹੈ ਨਾ ਇਹ ਵੇਲੇ ਰੋਲ ਕੀਤੇ ਮੈਂ ਦੋਨਾਂ ਵੀਡੀਓ 'ਚ ਕੀਤਾ ਆ ਸੋ ਇਹ ਗੱਲ ਨਹੀਂ ਹੁੰਦੀ ਕਿ ਮੈਂ ਉਹਨਾਂ ਕੋਲ ਹੀ ਕਰਵਾ ਰਿਹਾ ਆਪ ਵੀ ਕਰਦੇ ਹਾਂ ਮਨ ਇਹ ਹੁੰਦਾ ਆ ਕਿ ਸਟੋਰੀ ਦੀ ਮੰਗ ਕੀ ਹੈ ਠੀਕ ਆ ਜੀ ਉਹਦੇ ਉੱਤੇ ਸਾਰਾ ਹੁੰਦਾ ਵਾ ਅਤੇ ਹੋਰ ਕਿਹੜੀ ਗੱਲ ਕਰਨੀ ਬਸ ਇਹੋ ਗੱਲ ਕਰਨੀ ਵਲੋਗਿੰਗ ਹਾਂ ਵਲੋਗਿੰਗ ਬਾਰੇ ਵਲੋਗਿੰਗ ਵਾਸਤੇ ਕਹਿ ਰਹੇ ਸੀ ਸਰ ਜਾਣੇ ਕਿ ਵਲੋਗ ਜ਼ਰੂਰ ਬਣਾਇਆ ਕਰੋ ਅਤੇ ਉਹਦੇ ਵਾਸਤੇ ਮੇਰਾ ਲੱਗਦਾ ਕਿ ਇੱਕ ਅਸੀਂ ਚੈਨਲ ਵੱਖਰਾ ਸੈਪਰੇਟ ਹੀ ਰੱਖੀਏ ਜਿੰਨੇ ਕਿਸੇ ਨੇ ਵੀ ਵਲੋਗ ਦੇਖਣੇ ਹੋਣਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਹਦੇ ਉੱਤੇ ਸਾਡੇ ਵਲੋਗ ਹੀ ਆਉਣਗੇ ਇਕੱਲੇ ਕਿਉਂਕਿ ਸਾਨੂੰ ਜ਼ਿਆਦਾ ਆਦਤ ਸਟੋਰੀਆਂ ਬਣਾਉਣ ਦੀ ਆ ਠੀਕ ਆ ਜੀ ਬਾਕੀ ਵਲੋਗ ਵੀ ਹੁਣ ਥੋੜ੍ਹੇ ਬਹੁਤੇ ਬਣਾਇਆ ਕਰਨਗੇ ਹੁਣ ਤਾਂ ਮੈਡਮ ਆਉਂਦੇ ਪਏ ਨੇ ਹੈ ਨਾ ਅਤੇ ਹੁਣ ਤਾਂ ਗੱਲ ਹੀ ਕੋਈ ਨਹੀਂ ਆ ਅਤੇ ਇਹ ਆ ਵੀ ਵਲੋਗ ਬਣਾਇਆ ਕਰਾਂਗੇ ਬਟ ਇਹ ਆ ਵੀ ਅਜੇ ਇੰਨੇ ਜ਼ਿਆਦਾ ਨਹੀਂ ਪਹਿਲਾਂ ਸਾਡਾ ਰਹਿੰਦਾ ਕਿ ਅਸੀਂ ਵੀਡੀਓਜ਼ ਦੇ ਉੱਪਰ ਕੰਮ ਕਰੀਏ ਜਿਹੜੀਆਂ ਤੁਸੀਂ ਜ਼ਿਆਦਾ ਦੇਖਣੀਆਂ ਪਸੰਦ ਕਰਦੇ ਹੋ ਬਾਕੀ ਜਿੱਦਾਂ ਜਿੱਦਾਂ ਤੁਸੀਂ ਕਹੋਗੇ ਉੱਦਾਂ ਉੱਦਾਂ ਅਸੀਂ ਚੱਲਦੇ ਜਾਵਾਂਗੇ ਅਤੇ ਬਾਕੀ ਹੋਰ ਕੋਈ ਗੱਲ ਬਸ ਅਤੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਹੁਣ ਅਸੀਂ ਸਵੇਰ ਦੇ ਕਿੰਨੇ ਟੇਕ ਲਏ ਆ ਉਹ ਮੈਂ ਲਾਸਟ 'ਤੇ ਲਾ ਦੂੰਗਾ ਉਹ ਤੁਸੀਂ ਦੇਖ ਲਿਓ ਇਹ ਕਿੰਨਾ ਟਰਾਈ ਕੀਤਾ ਅਸੀਂ ਕਿੱਥੇ ਕਿੱਥੇ ਗਏ ਅਤੇ ਕਿੱਦਾਂ ਕਿੱਦਾਂ ਅਸੀਂ ਟਰਾਈ ਕੀਤਾ ਅਤੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਨਾਈਟਸ ਅਤੇ ਮਿਲਦੇ ਹਾਂ ਹੁਣ ਅਗਲੇ ਵਲੋਗ 'ਚ ਹਾਂ ਇੱਕ ਚੀਜ਼ ਹੋਰ ਜਿਹੜਾ ਵਲੋਗ ਚੈਨਲ ਆ ਉਹਦਾ ਲਿੰਕ ਮੈਂ ਥੱਲੇ ਦੇ ਦਿੱਤਾ ਆ
तो वो जरूर तुम जाके सारे जन देख लियो कमेंट के या डिस्क्रिप्शन तुम लिंक मिल जाएगा। ठीक है जी, सत श्रीकाल जी सारे। सत श्रीकाल जी सारे, हो ठीक ठाक जी? अजय चेक ही करना बस कि इदा। सत श्रीकाल जी सारे, सत श्रीकाल जी सारे, होर कि ठीक ठाक हो सर जी? सत श्रीकाल जी सारे, होर कि ठीक ठाक हो? तो अज अं आए हैं मॉल ऑफ अमृतसर, तो नाल साडे आए ने मैडम साढ़े, बोलो हूँ। चलो फिर हम तो कुछ देखिए। हाँ जी सारे, इधर चलो जी की अच्छा। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੁਬਾਰਾ ਦੁਬਾਰਾ। ਤੇ ਹੁਣ ਅਸੀਂ ਚੱਲੇ ਆ ਜੀ ਵਾਪਸ ਘਰ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਠੀਕ ਠਾਕ ਹੋ? ਕਿਵੇਂ ਹੋ? ਤੇ ਅਸੀਂ ਵੀ ਵਧੀਆ। ਅੱਜ ਅਸੀਂ ਗਏ ਹਾਂ ਅੰਮ੍ਰਿਤਸਰ ਮੈਡਮ ਨਾਲ, ਤੇ ਆ ਬੈਠੇ ਮੈਡਮ ਇੱਧਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸੁਣਾਓ ਠੀਕ ਠਾਕ? ਸਾਰੇ ਜਣੇ ਕਹਿੰਦੇ ਸੀ ਵੀ ਤੁਸੀਂ ਮਿਲਾਉਂਦੇ ਨਹੀਂ ਹੋ ਇਹਨਾਂ ਨਾਲ, ਅਤੇ ਆ ਹੁਣ ਮਿਲ ਲਓ ਜਿਹੜੇ ਜਿਹੜੇ ਮਿਲ। ਅਤੇ ਹੋਰ ਫਿਰ ਬਾਕੀ ਠੀਕ ਠਾਕ ਸਰ ਜਣੇ? ਯਾਰ ਅਸੀਂ ਵਾਰ ਵਾਰ ਕਲਿੱਪਾਂ ਰਿਕਾਰਡ ਕਰਦੇ, ਅਸੀਂ ਤਿੰਨ ਕੁ ਵਜੇ ਤਾਂ ਨਿਕਲੇ ਹਾਂ ਘਰੋਂ, ਵਾਰ ਵਾਰ ਰੀਟੇਕ ਕਰਨ ਲਈ, ਕਿਉਂਕਿ ਅਸੀਂ ਅਸਲ 'ਚ ਵਲੋਗ ਬਣਾਉਂਦੇ ਨਹੀਂ ਨਾ ਇੰਨੇ ਜ਼ਿਆਦਾ, ਅਤੇ ਆਦਤ ਨਹੀਂ ਹੈਗੀ ਅਸਲ 'ਚ ਗੱਲਾਂ ਬਾਤਾਂ ਇੰਨੀਆਂ ਕਰਦੀ, ਕਿਉਂਕਿ ਵੀਡੀਓ ਵਗੈਰਾ ਜ਼ਿਆਦਾ ਕਰੀਦਾ, ਉਹਦੇ ਕੰਮ ਕਰੀਦਾ ਹੈ ਨਾ। ਅਸੀਂ ਪਤਾ ਨਹੀਂ ਕਿੰਨੇ ਕੁ ਟੇਕ ਲੈ ਆ ਵਾਰ 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 ਸਤਿ ਸ਼੍ਰੀ ਅਕਾਲ ਬੁਲਾ ਬੁਲਾ ਕੇ, ਅਤੇ ਕੋਈ ਨਹੀਂ ਬਾਕੀ ਹੁਣ ਆ ਫਿਰ ਉਹ ਗੱਲ ਚੈੱਕ ਕਰ ਲੈਂਦਾ ਅੰਕਲ ਜੀ। ਹਾਂ ਕਰ ਲਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਵਾਜ਼ ਸਿੱਧੇ ਕਰ ਪਹਿਲਾਂ ਕੀ ਬਣੀ ਗਈ ਤੂੰ? ਘੱਟ ਦੁਬਾਰਾ ਦਰਬਾਰ ਸਾਹਿਬ ਪਹਿਲਾਂ ਦੇ ਦੁਪਹਿਰਾਂ ਨੂੰ ਗਏ ਹਾਂ, ਉਹ ਤੋਂ ਬਾਅਦ ਥੋੜ੍ਹਾ ਬਹੁਤਾ ਘੁੰਮ ਕੇ ਅਤੇ ਹੁਣ ਆਏ ਹਾਂ ਘਰ। ਪਹਿਲਾਂ ਤਾਂ ਸਾਡਾ ਇਰਾਦਾ ਸੀਗਾ ਵੀ ਅਸੀਂ ਰਸਤੇ 'ਚ ਹੀ ਵਲੋਗ ਬਣਾਈਏ, ਪਰ ਅਸਲ 'ਚ ਵਲੋਗ ਬਣਾਉਂਦੀ ਸਾਨੂੰ ਇੰਨੀ ਜ਼ਿਆਦਾ ਪ੍ਰੈਕਟਿਸ ਨਹੀਂ ਹੈਗੀ ਅਤੇ ਆਦਤ ਵੀ ਨਹੀਂ ਹੈਗੀ, ਅਤੇ ਇਸ ਕਰਕੇ ਰਾਹ 'ਚ ਅਸੀਂ ਪਤਾ ਨਹੀਂ ਕਿੰਨੇ ਕੁ ਟੇਕ ਲਏ ਆ। ਅਤੇ ਚਲੋ ਫਾਈਨਲੀ ਮੈਂ ਸੋਚਿਆ ਕਿ ਚਲੋ ਘਰ ਜਾ ਕੇ ਗੱਲਾਂ ਬਾਤਾਂ ਕਰਾਂਗੇ ਜਿਹੜੀਆਂ ਕਰਨੀਆਂ, ਅਤੇ ਸਾਰੇ ਜਣੇ ਕਹਿਣ ਡੇ ਸੀਗੇ ਵੀ ਵਲੋਗ ਜ਼ਰੂਰ ਪਾਇਆ ਕਰੋ, ਅਤੇ ਮੈਂ ਸੋਚਿਆ ਕਿ ਚਲੋ ਟਰਾਈ ਕਰਦੇ ਹਾਂ ਆਪਾਂ ਵੀ, ਅਤੇ ਅਗਰ ਤੁਹਾਨੂੰ ਵਧੀਆ ਲੱਗੇਗਾ ਤਾਂ ਠੀਕ ਆ। ਅਤੇ ਪਹਿਲਾਂ ਤਾਂ ਅਸੀਂ ਪੁੱਛਾਂਗੇ ਮੈਡਮ ਹੁਣਾਂ ਨੂੰ ਵੀ ਯੂਟਿਊਬ 'ਤੇ ਆ ਕੇ ਕਿੱਦਾਂ ਦਾ ਇਹਨਾਂ ਨੂੰ ਲੱਗਾ ਵਾ, ਉਹ ਦੱਸੋ ਪਹਿਲਾਂ ਤਾਂ। ਯੂਟਿਊਬ 'ਤੇ ਆ ਕੇ ਵਧੀਆ ਹੀ ਲੱਗਿਆ ਆ, ਬਹੁਤ ਵਧੀਆ,
क्योंकि पहला एक इदां दा टाइम ही जदों मतलब सारे नहीं जानते ते हुण एक इदां दा टाइम है जदों सारे जानते हैं फिर बंदे दा एक्सपीरियंस ते नवा हुंदा ही है। हाँ बिल्कुल। तो बाकी हुण असीं कट्ठे ही कम करांगे दोवें जणे सेम स्क्रीन ते कट्ठे आया करांगे तो पहला मैं रह जांदा हुंदा सीगा हर वारी इक वार ही ते हुण चलो ये है भी जदों कितें मेरे विआह की गल हो फिर मैडम हुणां लिआया करांगे नाल ते नवी सीरीज दे विच ते असीं आउणा ही आ दोनों कट्ठियां ने ते जिथे मलक रखदा विच है ना जिथे मलक रखदा ते रब की मार दोनों विच ही असीं हुण कट्ठे कम करांगे जदों भी गां जा के विआह होएगा। ते दूजी गल ये कि होर कि गल करनी सी एक लवली बारे लवली बारे ये गल करनी सी भी स्टोरी जिहड़ी हुंदी आ ना कोई भी मैं दिलों ये गल कहने मैं कोई ये नहीं कहना क्योंकि सानू मैं चीज़ बड़ी चंगी तरह समझदा आ कि तो ही मतलब सारे भैन भरा की देखना पसंद करते हैं की नहीं है ना मैं चीज़ बड़ी चंगी तरह समझदा मैं हर एक कमेंट पढ़ता हाँ बट मेरी एक छोटी जी रिक्वेस्ट आ क्योंकि सारे जने कह रहे भी लवली नू क्योंकि आम जी गल आ कोई भी स्टोरी तुम जो देखते हो तो पहला सूँ पता लग जाता है थोड़ा बहुत अंदाजा तो हो ही जाता वा कि अगे स्टोरी किदा जानी है ना तो सारे पता आ कि लवली नाल की होना आ है ना। सो इतें एक निकी जी गुजारिश आ कि जो भी होगा जिदा जिदा भी स्टोरी चलेगी सानू थोड़ा जहा टाइम दो जरूर कि ये ना हो कि लवली नाल कुछ हो लवली कुछ ना हो सो तुसीं स्टोरी देखनी छड़ दो थोड़ा जहा टाइम दो स्टोरी असी जिदा की बनानी चाहते हाँ उदा की सानू बना दौ ये जो भी होना आ स्टोरी दे विच जिहड़ा करैक्टर जिथे जिथे भी रहना वा वो स्टोरी की मंग आ ठीक है जी। सो अं अगर किसों कितों है ना स्टोरी लैने उन्हों अपने हिसाब न मतलब कि बदल नहीं सकते इदा जिदा जिदा भी वो स्टोरी में होया आ अं ये चीज़ चाहते हैं कि उदा दिखाईए तो जिदा जिदा अं दिखा रहे हैं है ना ये स्टोरी उदा ही आ सेम उदा ही बनी है क्योंकि कई बार कई चीज़ा अं चाहते हैं है ना कि फलाने बंद ने इदा ना हो बट फिर अं ये चीज़ किदा वेखा कि उदा नाल असल च होया कि है ना फिर ये चीज़ किदा पता लगेगी कि उन्हें असल च किदा ये चीज़ा हटाई अपने उत्ते है ना हाँ है ना फिर वो तो फिर अं अपने हिसाब न ही है ना सोचते गए उन्होंने। सो थोड़ा जहा सू टाइम जरूर दौ तो सू बना दौ पे अपने हिसाब न फिर तुम जरूर दस्यो सारे जने कि लगी थानू लवली वीर क्योंकि मेरे ना तो शुरू तो ही मेरा बिल्कुल जी नहीं करता कि यहोजा कोई भी रोल आए क्यों मैनू भी कमेंट एक आया कि तुम मनजिंदर भाजी तो लवली को यहोजे रोल करवाए जे आप नहीं करते बट जिथे लोड़ होंगी आ उ मैं आप भी करता हाँ मैं आप भी एक दो बारी किए है ना ये वे रोल किए मैं दोनों वीडियो किया है। सो य गल ही होंगी कि मैं उन्होंने को ही करवा रहा आप भी करते हैं मन ये हों कि स्टोरी की मंग की है ठीक है जी वो उत्ते सारा हों तो होर कि गल करनी बस यो गल करनी बलॉगिंग हाँ बलॉगिंग बारे बलॉगिंग वास्ते कह रहे सर जाने कि बलॉग जरूर बनाया करो तो वास्ते मेरा लगता कि एक अं चैनल खरा सैपरेट ही रखिए जिन्हें किसी ने भी बलॉग देखने हो चैनल सबसक्राइब कर लियो उद्दे साडे बलॉग ही आने कले क्योंकि सानू ज़्यादा आदत स्टोरियां बनाने की है ठीक है जी। बाकी बलॉग भी हम थोड़े बहुत बनाया करेंगे हूँ तो मैडम आउंड पे ने है ना तो हूँ तो गल ही कोई नहीं है तो यह है भी बलॉग बनाया करा बट यह है भी अजय इन्ने ज़्यादा नहीं पहला साढ़ा लगता कि अं वीडियोज़ उपर काम करिए जो ज़्यादा देखनिया पसंद करते हो बाकी जिदा जिदा तुम कहो उदा उदा अं चलते जावे तो बाकी होर कोई गल बस तो ठीक है जी सत श्रीकाल हूँ अं सवेर के किन्ने टेक लाए आ वो मैं लास्ट से ला दूंगा वो तुम देख लियो अं कि ट्राई किया अं कितें कितने गए तो किदा किदा अं ट्राई किया तो ठीक है जी सत श्रीकाल सारे ने गुड नाइट तो मिलते हैं हूँ अगले व्लॉग हाँ एक चीज़ होर जिहड़ा व्लॉग चैनल आ लिंक मैं थले दे दिता आ तो वो जरूर तुम जाके सारे जन देख लियो कमेंट के डिस्क्रिप्शन तुम्हें लिंक मिल जाएगा ठीक है जी सत श्रीकाल जी सारे सत श्रीकाल जी सारे हो ठीक ठाक जी चेक ही करना बस भी इदा सत श्रीकाल जी सारे होर कि ठीक ठाक हो सारे जने सत श्रीकाल जी सारे होर कि ठीक ठाक हो तो अज अं आए हैं मॉल ऑफ अमृतसर ਤੇ ਨਾਲ ਸਾਡੇ ਆਏ ਨੇ ਮੈਡਮ ਸਾਡੇ ਬੋਲੋ ਹੁਣ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਲੋ ਫਿਰ ਹੁਣ ਮੈਂ ਤਾਂ ਕੁਛ ਦੇਖੀਏ ਨਹੀਂ ਸਤਿ ਸ਼੍ਰੀ ਅਕਾਲ ਸਹੀ ਨਹੀਂ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਧਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਸਰ ਮੈਂ ਕਹਿ ਰਿਹਾ ਜੀ ਮੈਂ ਮਦਦ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸੁਣਾਓ ਠੀਕ ਠਾਕ? ਚਲੋ ਜੀ, ਕੀ ਵਿਖਾਉਣਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੁਬਾਰਾ, ਤੇ ਹੁਣ ਅਸੀਂ ਚੱਲੇ ਹਾਂ ਜੀ ਵਾਪਸ ਘਰ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਠੀਕ ਠਾਕ ਹੋ, ਕਿਵੇਂ ਹੋ? ਅਤੇ ਅਸੀਂ ਵੀ ਵਧੀਆ। ਅੱਜ ਅਸੀਂ ਗਏ ਹਾਂ ਅੰਮ੍ਰਿਤਸਰ ਮੈਡਮ ਨਾਲ, ਅਤੇ ਆਹ ਬੈਠੇ ਮੈਡਮ ਇੱਧਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸੁਣਾਓ ਠੀਕ ਠਾਕ? ਸਾਰੇ ਜਣੇ ਕਹਿਣ ਡੇ ਸੀ ਤੁਸੀਂ ਮਿਲਾਉਂਦੇ ਨਹੀਂ ਹੋ ਇਹਨਾਂ ਨਾਲ, ਅਤੇ ਆਹ ਹੁਣ ਮਿਲੋ ਜਿਹਨੇ ਜਿਹਨੇ ਮਿਲੋ। ਅਤੇ ਹੋਰ ਫਿਰ ਬਾਕੀ ਠੀਕ ਠਾਕ ਸਾਰੇ ਜਣੇ? ਯਾਰ ਅਸੀਂ ਵਾਰ ਵਾਰ ਕਲਿੱਪਾਂ ਰਿਕਾਰਡ ਕਰਨ ਡੇ, ਅਸੀਂ 3 ਵਜੇ ਤਾਂ ਨਿਕਲਿਆ ਕਰੋ, ਵਾਰ ਵਾਰ ਰੀਟੇਕ ਕਰਨ ਡੇ, ਕਿਉਂਕਿ ਅਸੀਂ ਅਸਲ 'ਚ ਵਲੋਗ ਬਣਾਉਂਦੇ ਨਹੀਂ ਨਾ ਇੰਨੇ ਜ਼ਿਆਦਾ, ਅਤੇ ਆਦਤ ਨਹੀਂ ਹੈਗੀ ਅਸਲ 'ਚ ਗੱਲ ਇੰਨੇ ਕਰਦੀ, ਕਿਉਂਕਿ ਵੀਡੀਓ ਵਗੈਰਾ ਜ਼ਿਆਦਾ ਕਰੀਦਾ, ਉਹਦੇ ਕੰਮ ਕਰੀਦਾ, ਹੈ ਨਾ? ਅਸੀਂ ਪਤਾ ਨਹੀਂ ਕਿੰਨੇ ਕੁ ਟੇਕ ਲੈ ਲਏ ਵਾਰ 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 ਸਤਿ ਸ਼੍ਰੀ ਅਕਾਲ ਬੁਲਾ ਬੁਲਾ ਕੇ। ਅਤੇ ਕੋਈ ਨਹੀਂ, ਬਾਕੀ ਹੁਣ ਆ ਫਿਰ ਉਹ ਗੱਲ ਚੈੱਕ ਕਰ ਲਓ ਮੈਂ ਜੀ। ਕਰ ਲਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਵਾਜ਼ ਸਿੱਧੀ ਕਰ ਪਹਿਲਾਂ, ਕੀ ਬਣੀ ਹੈ?